ਵੱਲੋਂ ਪਹਿਲਾਂ ਤਾਂ ਅਸੀਂ ਸਰਦਾਰ ਰਾਜਵੀਰ ਸਿੰਘ ਹੋਣਾ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੂੰ ਸਾਡੇ ਕੋਲੋਂ ਪਰਿਵਾਰ ਕੋਲੋਂ ਇਸ ਫੈਕਟਰੀ ਦੇ ਹੁੰਦੇ ਤਸ਼ੱਦਦ ਨੇ ਖੋਹ ਲਿਆ। ਔਰ ਇਸ ਤਸ਼ੱਦਦ ਨੇ ਇਸ ਤੋਂ ਪਹਿਲਾਂ ਕਿੰਨੇ ਸਾਲਾਂ ਤੋਂ ਕਿੰਨੀਆਂ ਕੁ ਰੂਹਾਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਗਿਆ। ਇਹ ਸਰਕਾਰ ਇਸ ਗੱਲ ਦੀ ਨਿਸ਼ਾਨਦੇਹੀ ਜਾਂ ਗਿਣਤੀ ਕਰਨ ਨੂੰ ਵੀ ਤਿਆਰ ਨੇ। ਸਰਕਾਰ ਵੱਲੋਂ ਅੱਜ ਇੱਕ ਤਾਜ਼ਾ ਬਿਆਨ ਉਹਨਾਂ ਦੇ ਚਹੇਤਿਆਂ ਤੱਕ ਪਹੁੰਚਦਾ ਕਰ ਦਿੱਤਾ ਗਿਆ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹਦੀ ਵੀ ਕਵਰੇਜ, ਉਹਦਾ ਵੀ ਲਾਈਵ ਜਿਹੜਾ ਆ ਉਹ ਨਹੀਂ ਚੱਲਣਾ ਚਾਹੀਦਾ। ਇਹ ਹੁਣ ਸਾਡੇ ਲੋਕਾਂ ਦੀ ਆਵਾਜ਼ ਦੀ ਹਿੰਮਤ ਹੈ ਕਿ ਹੁਣ ਫੈਕਟਰੀ ਦੀਆਂ ਚਿਮਨੀਆਂ ਵੀ ਡਿੱਗਣਗੀਆਂ। ਜੇ ਸਰਕਾਰ ਦਾ ਇਹ ਹਾਲ ਰਿਹਾ ਤੇ ਮੈਨੂੰ ਯਕੀਨ ਹੈ ਵੀ ਇਹ ਸਰਕਾਰ ਵੀ ਜਿਹੜੀ ਹੈ ਲੋਕ ਸੁੱਟ ਲੈਣਗੇ। ਹੁਣ ਇਹ ਵੇਖਣਾ ਸਰਕਾਰ ਨੇ ਹੈ ਵੀ ਫੈਸਲਾ ਅੱਜੇ ਹੀ ਲੈਣਾ ਆ, ਲੋਕਾਂ ਦੇ ਨਾਲ ਖੜਨਾ ਕਿ ਇਹ ਦੋਨੋਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਬੰਦ ਕਰਨੀਆਂ ਪੈਣਗੀਆਂ। ਪਬਲਿਕ ਐਕਸ਼ਨ ਕਮੇਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਵੀ ਇਹ ਸਾਰਾ ਕੇਸ ਦੀ ਜਿਹੜੀ ਪੈਰਵਾਈ ਕਰਦੀ ਪਈ ਹੈ। ਔਰ ਮੈਂ ਆਪਣੇ ਭਰਾਵਾਂ ਦੇ ਉੱਤੇ ਮੇਰਾ ਇੰਨਾ ਮਾਣ ਆ ਵੀ ਇਹਨਾਂ 'ਚੋਂ ਕੋਈ ਵੀ ਵਕੀਲ ਨਹੀਂ ਪਰ NGT ਦੇ ਵਿੱਚ ਪੌਣਾ ਘੰਟਾ ਬਹਿਸ ਕਰਕੇ ਪੰਜਾਬ ਸਰਕਾਰ ਅਤੇ ਮਾਲਬਰੋਸ ਨੂੰ ਉੱਥੇ ਪਾਰਟੀ ਬਣਾਇਆ ਔਰ ਇਹਨਾਂ ਨੂੰ ਨੋਟਿਸ ਕਢਾਇਆ, ਇਹਨਾਂ ਦੀ ਜਵਾਬ ਤਲਬੀ ਕਰਾਈ ਹੈ। ਔਰ ਮਹਿੰਗੇ ਮਹਿੰਗੇ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਹੈ ਇਹ ਉੱਥੇ ਜਾ ਕੇ ਇਹੋ ਜਿਹਾ ਕੇਸ ਲੜਦੇ ਹੈ ਵੀ ਮੁਆਵਜ਼ੇ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਦਾ ਘਾਣ ਹੁੰਦਾ ਉਹਨਾਂ ਨੂੰ ਨਹੀਂ, ਇਹਨਾਂ ਫੈਕਟਰੀਆਂ ਦੇ ਮਾਲਕਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਾ ਦਿੱਤੇ ਜਾਂਦੇ ਹੈ। 20-20 ਕਰੋੜ ਰੁਪਈਆ ਕੋਰਟ ਦੇ ਵਿੱਚ ਡਬਲ ਬੈਂਚ ਦਾ ਪ੍ਰੋਵੀਜ਼ਨ ਹੁੰਦਾ ਹੈ, ਸੁਪਰੀਮ ਕੋਰਟ ਜਾਣ ਦਾ ਪ੍ਰੋਵੀਜ਼ਨ ਹੁੰਦਾ ਆ। ਸਾਡੇ ਲੁਧਿਆਣੇ ਕਿਸੇ ਦੇ 4 ਲੱਖ ਦਾ ਕੇਸ ਕਿਸੇ ਬੰਦੇ ਦਾ ਸੀ, ਸਰਕਾਰ ਸੁਪਰੀਮ ਕੋਰਟ ਤੱਕ ਕੇਸ ਹਾਰਦੀ ਰਹੀ, 20 ਲੱਖ ਰੁਪਈਆ ਖਰਚ ਦਿੱਤਾ ਤੇ ਉੱਤੇ ਜਾ ਕੇ ਵੀ ਹਾਰ ਗਈ। ਉਹ 4 ਲੱਖ ਦਾ ਮੁਆਵਜ਼ਾ ਉਸ ਬੰਦੇ ਨੂੰ ਨਹੀਂ ਦਿੱਤਾ, ਪਰ ਜਿੱਥੋਂ ਕਾਰਪੋਰੇਟ ਦੀ ਗੱਲ ਸੀ ਉੱਥੇ 20 ਕਰੋੜ ਰੁਪਈਆ ਮਾਫੀਆ ਨੂੰ ਇਹ ਸਰਕਾਰ ਨੇ ਦੇ ਦਿੱਤਾ। ਔਰ ਹੁਣ ਤੱਕ 7 ਮਹੀਨੇ ਦੀ ਜਿਹੜੀ ਕਾਰਗੁਜ਼ਾਰੀ ਹੈ ਹਰ ਤਰ੍ਹਾਂ ਦੇ ਮਾਫੀਏ ਦੇ ਨਾਲ ਸਰਕਾਰ ਮੀਟਿੰਗਾਂ ਕਰ ਚੁੱਕੀ ਹੈ, ਚਾਹੇ ਉਹ ਇਲੀਗਲ ਕਲੋਨੀਆਂ ਕੱਟਣ ਵਾਲੇ ਹੋਣ, ਚਾਹੇ ਉਹ ਸੈਂਡ ਮਾਫੀਆ ਵਾਲੇ ਹੋਣ, ਚਾਹੇ ਉਹ ਦਾਰੂ ਵਾਲੇ ਹੋਣ, ਤੇ ਚਾਹੇ ਆ ਜਿਹੜੇ ਆ ਪਲਾਸਟਿਕ ਵਾਲੇ, ਇਹਨਾਂ ਸਾਰਿਆਂ ਦੇ ਨਾਲ ਮੀਟਿੰਗਾਂ ਮੰਨ ਕੇ ਉਹਨਾਂ ਨੂੰ ਲੋਕ ਮੰਗਾਂ ਦਿਖਾ ਕੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਜਿਹੜਾ ਟਕਵਾਂਜਿਆ ਸਰਕਾਰ ਵੱਲੋਂ ਜਿਹੜਾ ਆ ਉਹ ਵਿੱਢਿਆ ਹੋਇਆ। ਪਬਲਿਕ ਐਕਸ਼ਨ ਕਮੇਟੀ ਸਾਂਝਾ ਮੋਰਚਾ ਜੀਰੇ ਦੀ ਸ਼ਲਾਘਾ ਕਰਦੀ ਹੈ, ਜਿਨ੍ਹਾਂ ਨੇ ਸਮੇਂ ਰਹਿੰਦੇ ਕਮੇਟੀਆਂ ਦੇ ਵਿੱਚੋਂ ਆਪਣੇ ਜਿਹੜੇ ਮੈਂਬਰ ਵਾਪਸ ਬੁਲਾਏ। ਸਾਡੇ ਵੀ ਉਹਦੇ ਵਿੱਚ 3-4 ਮੈਂਬਰਾਂ ਦੇ ਨਾਂ ਸੀ ਔਰ ਅਸੀਂ ਵੀ ਤੁਹਾਡੇ ਸੰਗਤ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਬਈ ਜਾਂਚ ਕਮੇਟੀ ਉਹ ਹੁੰਦੀ ਹੈ ਜਿਹਦੇ ਵਿੱਚ ਕਮੇਟੀ ਦੇ ਮੈਂਬਰਾਂ ਨੂੰ ਬਰਾਬਰ ਦੇ ਅਖਤਿਆਰ ਹੋਣ, ਪਰ ਇਸ ਕਮੇਟੀ ਦੇ ਵਿੱਚ ਇਹਨਾਂ ਨੇ ਆਪਣੀਆਂ ਮੀਟਿੰਗਾਂ ਇਕੱਲਿਆਂ ਸ਼ੁਰੂ ਕਰ ਦਿੱਤੀਆਂ, ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਔਰ ਕੋਈ ਵੀ ਲਿਖਤੀ ਕਾਗਜ਼ ਜਿਹੜਾ ਆ ਉਹ ਮੋਰਚੇ ਦੀ ਟੀਮ ਨੂੰ ਨਹੀਂ ਦਿੱਤਾ। ਤੇ ਜਦੋਂ ਦੇ ਦਿੱਤਾ ਉਦੋਂ ਸਾਡੇ ਮੈਂਬਰਾਂ ਨੇ ਜਿੱਥੇ ਜਿੱਥੇ ਕੋਈ ਮਾੜੀ ਮੋਟੀ ਗੱਲ ਰੱਖੀ ਵੀ ਸੈਂਪਲ ਇੱਥੇ ਕਰਨਾ ਉੱਥੇ ਕਰਨਾ, ਉਹਨਾਂ ਨੇ ਕਿਹਾ ਜੀ ਅਸੀਂ ਆਪਣੀ ਮੀਟਿੰਗ ਪਹਿਲਾਂ ਕਰ ਲਈ ਹੈ, ਅਸੀਂ ਆਪਣੀ ਕਾਰਵਾਈ ਕਰਾਂਗੇ, ਅਸੀਂ ਆਸ਼ਾ ਵਰਕਰਾਂ ਦਾ ਡਾਟਾ ਚੱਕਾਂਗੇ। ਕਹਿਣ ਦਾ ਮਤਲਬ ਕਿ ਉਹਦਾ ਨਤੀਜਾ ਕੀ ਨਿਕਲਣਾ ਆ ਉਹਦੇ 'ਤੇ ਸਿਰਫ ਉਹ ਕਮੇਟੀ ਮੈਂਬਰਾਂ ਦੀ ਸਹਿਮਤੀ ਚਾਹੁੰਦੇ ਸੀ। ਠੀਕ ਹੈ ਜੀ, ਮੈਂ 15 ਸਕਿੰਟ ਦੇ ਵਿੱਚ ਸਮਾਪਤ ਕਰਦਾ। ਦੂਸਰੀ ਜਿਹੜੀ ਵੱਡੀ ਗੱਲ ਆ ਇਹ ਕਮੇਟੀ ਮੈਂਬਰਾਂ ਦੇ ਵਿੱਚ ਸੀਚੇਵਾਲ ਹੁਣੀ ਦੇ ਬਾਬੂ ਰਾਮ ਵਰਗੇ ਬੰਦੇ ਸੀ। ਇਹ ਬਾਬੂ ਰਾਮ ਹੁਣ ਮੋਨੀਟਰਿੰਗ ਕਮੇਟੀ 'ਚ ਟੈਕਨੀਕਲ ਐਕਸਪਰਟ ਆ। ਇਹ ਉਹ ਬੰਦਾ ਜਿਹਨੇ ਸੈਲੇ ਵਾਲੀ ਪੇਪਰ ਮਿੱਲ ਦੇ ਵਿੱਚ ਉਹਦੇ ਤੋਂ ਤਨਖਾਹ ਲੈ ਕੇ ਉਹਦੇ ਪਰਦੇ ਢੱਕਦਾ ਰਿਹਾ ਔਰ ਇੱਥੇ ਸੀਚੇਵਾਲ ਹੁਣੀ
ਜਿਨ੍ਹਾਂ ਨੇ ਕਿ ਇਹ ਝੰਡਾ ਬਰਦਾਰ ਬਣਨਾ ਸੀ, ਅੱਜ ਉਹ ਸਰਕਾਰ ਦੇ ਕਲਰਕ ਬਣੇ ਰਹਿ ਗਏ ਆ, ਤੇ ਅੱਜ ਕਿਹੜਾ ਉਹ ਮੈਂਬਰ ਆ ਜਿਹੜਾ ਫੈਕਟਰੀ ਦੇ ਅੰਦਰ ਜਾ ਕੇ ਬਾਹਰ ਆ ਕੇ ਰਿਪੋਰਟ 'ਚ ਇਹ ਲਿਖ ਦੇਵੇ ਵੀ ਆ ਜਿਹੜਾ ਬੋਰਵੈਲ ਹੈ ਉਹ ਇਸ ਕਰਕੇ ਲੱਗਿਆ ਕਿਉਂਕਿ ਵਾਸਤੂ ਸ਼ਾਸਤਰ ਵਾਲਾ ਸੀ। ਇਹ ਇੱਕ ਨਿੱਕੀ ਜਿਹੀ ਗੱਲ ਜਿਹੜੀ ਹੈ, ਇਹ ਵੱਡੇ ਵੱਡੇ ਨਾਮਾਂ ਦਾ ਇਸ ਮੁੱਦੇ ਦੇ ਉੱਤੇ ਜਿਹੜਾ ਪੜਦਾ ਆ ਉਹ ਤੁਹਾਡੇ ਮੂਹਰਿਓਂ ਚੱਕ ਦਿੰਦੀ ਹੈ। ਇੰਨਾ ਹੀ ਕਹਿੰਦੇ ਹੋਏ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।